सानू कुट के अंदर वाड़िया, साडे मूंह ते सिकलियां लाइया, कहिंदे मास्क ला के रखियो, जे नहीं हैगा दुपट्टे ना मूंह बन लो, नहीं डांगा फेरांगे। सानू निकलना पिया बाहर, नाले करोना बच गई नाले बदले। ये वीरो होने हरसिमरत कौर दा बच्चा ही होना, एदी सस ढिल्ली सी, उहदे हो गए दी कैंसर गल च, हरसिमरत कौर दी सस दे ਉਹ ਜਦੋਂ ਜ਼ਿਆਦਾ ਢਿੱਲੀ ਹੋ ਗਈ ਕੋਲੇ ਕੁਰਸੀ ਧਰਤੀ ਕੋਲੇ 'ਚ ਪਾਣੀ ਪਾ ਕੇ ਧਰਤਾ ਵੀ ਜਿਹੜਾ ਕੋਈ ਆਇਆ ਕਰੂ ਇਹਦਾ ਮੂੰਹ ਚਮਚਾ ਪਾਣੀ ਦਾ ਪਾ ਦਿਆ ਕਰੂ ਇਸ ਮੋਰਚੇ 'ਚ ਜੇ ਕਿਸੇ ਨੇ ਇਕੱਲੇ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ ਲੱਖੋਵਾਲ ਵਾਲੀ ਹੋਊ ਜਿਹੜੀ ਉਤਣ ਹੋਈ ਸੀ ਕਾਲੇ ਕਾਨੂੰਨਾਂ ਦੀ ਦਵਾਈ ਜਿਵੇਂ ਕਰੋਨਾ ਨੂੰ ਦਵਾਈ ਦਿੱਤੀ ਆ ਨਾ ਐਵੇਂ ਤਿਆਰ ਕਰੀਏ ਆਪਾਂ ਮੁੰਡਿਆ ਸੁਣ ਲਿਓ ਲੋਕਾਂ ਤੋਂ ਬਿਨਾਂ ਨਹੀਂ ਸਰਦਾ ਹੁੰਦਾ ਕਿਸਾਨਾਂ ਦਾ ਗੁੱਸਾ ਲਗਾਤਾਰ ਮੋਦੀ ਸਰਕਾਰ ਤੇ ਫੁੱਟਦਾ ਨਜ਼ਰ ਆ ਰਿਹਾ ਮਹਿਲ ਕਲਾਂ ਟੋਲ ਪਲਾਜ਼ੇ ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਜੰਮ ਕੇ ਲਾਂਤਾ ਪਾਈਆਂ ਕਿਸਾਨਾਂ ਨੇ ਦੋਸ਼ ਲਾਇਆ ਕਿ ਕੋਰੋਨਾ ਦੀ ਆੜ 'ਚ ਉਹਨਾਂ ਨੂੰ ਘਰ ਮੂੰਹ ਬੰਨ ਕੇ ਬਿਠਾ ਦਿੱਤਾ ਗਿਆ ਤੇ ਬਾਅਦ ਵਿੱਚ ਮੋਦੀ ਵੱਲੋਂ ਖੇਤੀ ਕਾਨੂੰਨ ਬਣਾ ਦਿੱਤੇ ਗਏ ਸਾਨੂੰ ਤਾਂ ਕੋਰੋਨਾ ਖਾ ਗਿਆ ਕੋਰੋਨੇ ਨੂੰ ਭਾਲ ਭਾਲ ਕੇ ਪੁਲਿਸ ਨੇ ਇੱਥੋਂ ਦੀ ਸਰਕਾਰ ਭਾਲਦੀ ਫਿਰਦੀ ਸੀ ਕੋਰੋਨਾ ਵਾਲਾ ਕਿੱਥੇ ਆ ਪਰ ਇੱਥੋਂ ਦੇ ਜਿਹੜੇ ਕੈਂਸਰ ਦੇ ਮਰੀਜ਼ ਨੇ ਇੱਥੋਂ ਦੇ ਕਾਲੇ ਪੀਲੀਏ ਦੇ ਮਰੀਜ਼ ਇੱਥੋਂ ਦੇ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਪੁੱਛ ਰਿਹਾ ਅੱਜ ਵੀ ਇੱਥੇ ਮਾਸਕ ਵੰਡੇ ਜਾ ਰਿਹਾ ਬੜੀ ਸ਼ਰਮ ਦੀ ਗੱਲ ਆ ਇਹ ਅੱਜ ਥਾਈਂ ਸਾਨੂੰ ਕੋਰੋਨਾ ਦੇ ਨਾਲ ਆ ਦਿੱਤਾ ਮੋਦੀ ਨੇ ਸਾਰਾ ਕੁਛ ਇਹ ਕੋਰੋਨਾ ਦੇ ਵਿੱਚ ਦੀ ਆਇਆ ਸਾਨੂੰ ਕੁੱਟ ਕੇ ਅੰਦਰ ਵਾੜਿਆ ਸਾਡੇ ਮੂੰਹ ਤੇ ਸਿੱਕਲੀਆਂ ਲਾਈਆਂ ਕਹਿੰਦੇ ਮਾਸਕ ਲਾ ਕੇ ਰੱਖਿਓ ਜੇ ਨਹੀਂ ਹੈਗਾ ਦੁਪੱਟੇ ਨਾਲ ਮੂੰਹ ਬੰਨ ਲਓ ਨਹੀਂ ਡਾਂਗਾ ਫੇਰਾਂਗੇ ਤੇ ਸਾਡੇ ਮੂੰਹ ਤੇ ਪੱਟੀਆਂ ਲਾ ਕੇ ਦੇਤਾ ਸਾਨੂੰ ਤੋਹਫਾ ਬਹੁਤ ਵਧੀਆ ਸਾਡੀ ਹੈਲਪ ਨਹੀਂ ਕੀਤੀ ਤੇ ਅੱਜ ਵੀ ਅਸੀਂ ਲਾਈ ਲੱਗ ਫਿਰ ਉਸੇ ਗੱਲ ਤੇ ਖੜੇ ਹਾਂ ਤੇ ਸਰਕਾਰ ਇਹਨੂੰ ਛੱਡਣਾ ਨਹੀਂ ਚਾਹੁੰਦੀ ਜਿਹੜਾ ਇਹ ਬਹੁਤ ਵਧੀਆ ਉਹਨਾਂ ਨੂੰ ਸੁਣਾ ਮਿਲਿਆ ਇਹ ਸੁਣਾ ਨਹੀਂ ਛੱਡਣਾ ਚਾਹੁੰਦੀ ਤੇ ਇਸ ਕਰਕੇ ਇਹ ਲਗਾਤਾਰ ਜਿਹੜਾ ਹਮਲਾ ਗਾ ਕੋਰੋਨਾ ਦਾ ਤੇ ਅੱਜ ਵੀ ਸਾਡੇ ਤੇ ਵੜਿਆ ਜਾ ਰਿਹਾ ਪ੍ਰਦਰਸ਼ਨ ਦੌਰਾਨ ਗੁੱਸੇ 'ਚ ਆਏ ਕਿਸਾਨਾਂ ਵੱਲੋਂ ਮੋਦੀ ਸਣੇ ਅਕਾਲੀ ਦਲ ਕੈਪਟਨ ਨੂੰ ਵੀ ਲੰਮੇ ਹੱਥੀ ਲਿਆ ਗਿਆ ਇੰਨਾ ਹੀ ਨਹੀਂ ਕਿਸਾਨ ਆਗੂ ਵੱਲੋਂ ਹਰਸਿਮਰਤ ਬਾਦਲ ਦੀਆਂ ਪੋਲਾਂ ਵੀ ਖੋਲੀਆਂ ਗਈਆਂ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਾਏ ਗਏ ਵੀਰੋ ਆ ਜਿਹੜਾ ਕੁਹਾੜਾ ਨਾ ਇਹ ਬਹੁਤ ਤੇਜ਼ ਆ ਇਹਦੂ ਦਾ ਕੋਈ ਗਾਹਾਂ ਵਾਲਾ ਕੁਹਾੜਾ ਹੈ ਨਹੀਂ ਜੇ ਆਪਾਂ ਇਹ ਚੀਜ਼ਾਂ ਨਾਲ ਰਲ ਮਿਲ ਕੇ ਇਹ ਬਚਾ ਲਾਂਗੇ ਨਾ ਜ਼ਮੀਨਾਂ ਆਪਣੀਆਂ ਹੁਣ ਦੀਆਂ ਬੱਚੀਆਂ ਮੀਆਂ ਆਪਣੀਆਂ ਗਾਹਾਂ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਕਿਉਂ ਇਹ ਪਤਾ ਸੀ ਆਹ ਕਰੋਨਾ ਕਿਹਨੂੰ ਹੋਈ ਆ ਬਈ ਬਾਪੂ ਅੱਗੇ ਦੱਸਦੇ ਹੁੰਦੇ ਕਹਿੰਦੇ ਜੇ ਚੋਰ ਨੇ ਮੱਛਾਂ ਖੋਲਣੀਆਂ ਨੇ ਨਾ ਉਹ ਛੱਤ ਇੱਧਰਲੇ ਘਰਾਂ ਨੂੰ ਜਿੰਦੇ ਲਾਉਣ ਦਾ ਬਾਹਰੋਂ ਕੁੰਡੇ ਲਾਉਣ ਦਾ ਛੱਤ ਇੱਧਰਲਿਆਂ ਨੂੰ ਵਿਚਾਲਿਓ ਮੱਛਾਂ ਖੋਲਦੇ ਹੁੰਦੇ ਇਹ ਫਿਰ ਕਰੋਨਾ 'ਚ ਕਰਕੇ ਕੀ ਕਰਿਆ ਇਹ ਉਹ ਜਿੰਦੇ ਲਾ ਕੇ ਮੱਛਾਂ ਖੋਲੀਆਂ ਨੇ ਕਰੋਨਾ ਨਾ ਮੂੰਹ ਬੰਨ ਤੇ ਅੰਦਰ ਡਾ ਤੇ ਆਪਣੇ ਤੇ ਲਾਗੂ ਕਰਤੇ ਕਾਨੂੰਨ ਆਈ ਡੀ ਨਸ ਲਿਆ ਤੇ ਕਰੋਨਾ ਦੀ ਆੜ ਥੱਲੇ ਕਿਉਂ ਤੁਸੀਂ ਤਾਂ ਅੰਦਰ ਡਾਏ ਪਿਓ ਜੇ ਹਰੇ ਨੂੰ ਜਾਂਦੇ ਤਾਂ ਵੀ ਕਰੋਨਾ ਹੋਜੂ ਮੱਛਾਂ ਨੂੰ ਪਾਣੀ ਪਿਆਉਣ ਜਾਂਦੇ ਤਾਂ ਵੀ ਕਰੋਨਾ ਹੋਜੂ ਖੇਤ ਜਾਂਦੇ ਤਾਂ ਵੀ ਕਰੋਨਾ ਹੋਜੂ ਅਸੀਂ ਤਾਂ ਅੰਦਰ ਵੜ ਕੇ ਬਾਹਰ ਡਾਲੇ ਟੈਲੀਵਿਜ਼ਨ ਦੇਖਣ ਲੱਗ ਗਏ ਅੰਦਰ ਵੜ ਕੇ ਇਹਨਾਂ ਨੇ ਬਾਹਰ ਕਾਨੂੰਨ ਪਾਸ ਕਰਤੇ ਭਲਾ ਹੁਣ ਕਰੋਨਾ ਕਿੱਧਰ ਗਈ ਆ ਬਈ ਸਾਨੂੰ ਨਿਕਲਣਾ ਪਿਆ ਬਾਹਰ ਨਾਲੇ ਕਰੋਨਾ ਬਚ ਗਈ ਨਾਲੇ ਬਦਲੇ ਇਹ ਗੱਲ ਕਿੱਧਰ ਨੂੰ ਗਈ ਬਈ ਇਹ ਤਾਂ ਕਹਿੰਦੇ ਸੀ ਨਾ ਵੀ ਕਰੋਨਾ ਨਾਲੇ ਤਾਂ ਹੁਣ ਕਰੋਨਾ ਬਚ ਗਈ ਨਾਲੇ ਉਹਦੇ ਤੋਂ ਇਹ ਬੱਚੇ ਆਉਂਦੇ ਨੇ ਭਲਾ ਵੀ ਇਹ ਤਾਂ ਰਾਜ ਕਰਨ ਵਾਲੇ ਸੀ ਇਹ ਫਿਰ ਹੁਣ ਅਸਤੀਫੇ ਦੇ ਦੇ ਕੇ ਘਰਾਂ ਨੂੰ ਕਿਉਂ ਬੱਚੇ ਆਉਂਦੇ ਆ ਬਈ ਇਹ ਬੈਠਣ ਕੁਰਸੀਆਂ ਤੇ ਇਹ ਵੀਰੋ ਉਹ ਨੇ ਹਰਸਿਮਰਤ ਕੌਰ ਦਾ ਬੱਚਾ ਹੀ ਹੁਣ ਇਹਦੀ ਸੱਸ ਢਿੱਲੀ ਸੀ ਉਹਦੇ ਹੋ ਗਏ ਦੀ ਕੈਂਸਰ ਗਲ 'ਚ ਹਰਸਿਮਰਤ ਕੌਰ ਦੀ ਸੱਸ ਦੇ ਉਹ ਜਦੋਂ ਜ਼ਿਆਦਾ ਢਿੱਲੀ ਹੋ ਗਈ
कोले कुर्सी धरती कौले च पानी पा के धरता भी जेड़ा कोई आया करू ए मूह चमचा पानी का पा दिया करू। वह भाई कई दिन लमकती रही कि वह लमकी का तां ती कम बड़े चंगे करते ने, मौत आ छेती इन्हें तां नहीं निकलती कि वह कम चंगे बड़े करते ने। जो भाई कई दिन मौत ना निकली तो मेरे वर्गा बग गया, वह भाई उन्हें भी चमचा पाता। जदों जान जमा निकल लगी भी जान जाती आ, कुर्सी के शेरवे हथ पा लिया, जेड़ा कुर्सी के शेरवे आप हथ धर के मैंने हथ पा लिया, जान लगी भी कहती भी कुर्सी ना जाए, कुर्सी मरन लगी ने भी हथ पा लिया, तो इन्ना प्यार करते ने कुर्सी ने। भला तुम थोनू यह कितने चंगे समझते हो बई, थोनू लड़न वाले सड़कों पर पैन लगे कितने चंगे लगते उन्होंने। ये वीरो ये कला नहीं, आही कैप्टन कहता सी किडे किडे वादे कर ले, कहना जिहड़ियां किसान जथेबंदियां ने इन्हां तों पटियाले च नहीं बन दिंदा, आ तुसीं पटियाले च करके आए हो पैड़ां, बठिंडे तुसीं करके आए हो आ बैठे हो। किसान आगू मनजीत सिंह तनेर वालों मोदी सरकार नूं बंगारिया गया। उन्हां कहा कि 5 नवंबर नूं देश भर च चक्का जाम किया जाएगा। उन्हां कहा कि किसान जथेबंदियां वालों खेती कानूनां नूं रद्द करवाउण लई आखिरी साह तक लड़ाई लड़ी जाएगी। 25 तरीक नूं ऐसे स्टेज तो मैं बोल के गया सी जदों दिल्ली नूं तुरिया, ठीक है पंजाब दियां साडियां बहुत मंगां बणदियां ने जिहदे ते दिल्ली सरकार ने साडे नाल धक्का कीता होया ते अज वी कर रही आ, पर जिहड़े आ काले कानून ने काले कानूनां दे खिलाफ ते 220 जिहड़ा बिजली बिल आ जिहदे ते है गुलदस्ता पंजाब दा बणिया 31 किसान जथेबंदियां दा ओदियां भरावो 4 मंगां ने, उन्हां ते सांझ बणियां घट्टो घट ते जिवें महल कलां दी धरती ते पहला एका बणिया सी पुलिस सियासी ते गुंडियां दे गठजोड़ दे खिलाफ, ते पिछले साल दा किहड़ा बणिया सी इन्हां दे नाल जोड़िया सी अदालती गठजोड़, इन्हां नूं दुश्मन बन के आपां संघर्ष कीता सी। अज दा जिहड़ा सांझा संघर्ष है इहदा पैगाम आ इन्हां चारे काले कानूनां दे खिलाफ 29 किसान जथेबंदियां लड़ रही ने, एक दो पासिआं तों सपोर्ट कर रही ने। एक गल मैनूं याद आ गई ते लखोवाल याद आ गया मैनूं, कल सवेर दे साडे कन्न खाण लगियां होईआं टैलीजेंसियां, खास करके साडी जथेबंदी नूं बहुत तंग कीता उन्हां ने भी आ जाओ पंजाब सरकार मीटिंग करना चाहुंदी आ। असी भरावो असूली जवाब दिता कि भी जिहड़ियां 29 किसान जथेबंदियां पहलां इह मीटिंग करनियां, थोड़े नाल मीटिंग करनी है कि नहीं करनी, सानू एडी काली भी थोड़े नाल अर्जी करिए। असी जवाब दिता एक दो दिनों दे विच पहलां 29 किसान जथेबंदियां दी मीटिंग होगी फिर पंजाब सरकार की सुनांगे, पर सुनने च आया कई मौजे लाही फिरदे आ कल्ले कल्ले, समझ लैण इस मोर्चे च जे किसे ने कल्ले ने सरकार नाल समझौता कर लिया लखोवाल वाली हो जिहड़ी उदण होई सी, क्यों बई पंजाबीओ गल ठीक है। चलो ये तो आपां सूचना ही देनी सी देती, गाह अगलिया की मर्जी आ की करना। सो मैं खड़ा सी 30 किसान जथेबंदियां वाली गल ते किवें बणी आ, 25 नूं जदों इत्थों गया आपां कह के गए सी ना स्टेज तों भाई एक पहला आपां करोना की दवाई तैयार की सी ना पंजाबीओ, उदण अपना 30,000 का कट्ठ बरनाले सी, दवाई कहड़ी सी थोड़ा कट्ठ करोना तोड़ू कट्ठ करिया कि नहीं करिया पंजाब दे विच पंज थाई, अज मूँह नहीं बन्ने हुए अपने करोना है नहीं, करोना तोड़ू कट्ठ करिया तां लोक संघर्ष दे मैदान दे विच आया वड्डे कट्ठां दे। असी भैणां नूं अपील कीती भी असी झोना कट्टणा भैणों, कणक बीजणियां मोर्चा तुसीं संभालो, संभाल लिया मेरिया भैणां ने साढ़े 9-10 जिलों के संभालिया होया मोर्चा भी मुंडियो, भैणां मोर्चे ते डटियां होईआं, असी कत्ता सामदे आ कत्ता। इस करके मोदी दे जिहड़े काले कानूनां दी दवाई जिवें करोना नूं दवाई दित्ती आ ना एवें तैयार करिए आपां, किवें पहलां कल्ले पंजाब नूं
ਬਣਾਉਣਾ ਚਾਹੁੰਦਾ ਸੀ ਜੰਮੂ ਕਸ਼ਮੀਰ। ਰੇਲਾਂ ਬੰਦ ਕਰਤੀਆਂ ਸੀ ਆਪਾਂ, ਰੇਲਾਂ ਦੀ ਛੋੜ ਦਿੱਤੀ ਸੀ ਪਟੜੀਆਂ ਤੇ। ਉਹਨੇ ਹਮਲਾ ਕਰਕੇ ਦੇਖਿਆ ਸੀ ਵੀ ਰੇਲਾਂ ਬੰਦ ਕਰਤੀਆਂ, ਮੈਨੂੰ ਲੱਗਦਾ ਵੀ ਕੁਝ ਖੁੱਲ ਗਈਆਂ। ਕਹਿੰਦੇ ਕੱਲ ਜਦੋਂ ਦਿੱਲੀ ਵਾਲਾ ਲਲਕਾਰਾ ਵੱਜਿਆ, ਦਿੱਲੀ ਵਿੱਚ 22 ਸੂਬਿਆਂ ਦੀਆਂ ਜਿੱਦਾਂ ਪੰਜਾਬ ਦੇ ਵਿੱਚੋਂ ਗੁਲਦਸਤਾ ਬਣ ਕੇ ਗਿਆ, ਇਦਾਂ ਗੁਲਦਸਤੇ ਬਣ ਕੇ ਸੂਬਿਆਂ ਦੇ ਭਾਰਤ ਦਾ ਗੁਲਦਸਤਾ ਬਣਿਆ। 350 ਕਿਸਾਨ ਜਥੇਬੰਦੀ ਦਾ, ਜਿਹੜੀ ਪਹਿਲਾਂ 250 ਕਹਿ ਕੇ ਗਿਆ ਸੀ ਮੈਂ ਤੁਹਾਨੂੰ, 350 ਜਥੇਬੰਦੀ ਦੇ ਵਿੱਚੋਂ ਵੀ ਜੇ ਕੋਈ ਬਾਹਰ ਰਹਿ ਗਿਆ ਹੋਊ ਉਹਨੂੰ ਨਾਲ ਲੈਣ ਦੇ ਵਾਸਤੇ 5 ਮੈਂਬਰੀ ਕਮੇਟੀ ਬਣਾਈ ਆ। ਅਸੀਂ ਵੀ ਆਪਦੀ ਹੱਟ ਛੱਡਤੀ, ਕੋਆਰਡੀਨੇਸ਼ਨ ਕਮੇਟੀ 250 ਜਥੇਬੰਦੀ ਦੀ ਸੀ, 3 ਆਗੂ ਉਹਦੇ ਨੇ, ਪੰਜਾਬ 'ਚੋਂ ਰਾਜੇਵਾਲ ਸਾਹਿਬ ਨੂੰ ਨਾਲ ਲਿਆ, ਹਰਿਆਣੇ 'ਚੋਂ ਗੁਰਨਾਮ ਸਿੰਘ ਨੂੰ ਨਾਲ ਲਿਆ। ਜੇ ਕੋਈ ਹੋਰ ਵੀ ਆਗੂ ਰਹਿੰਦਾ ਹੋਊ ਉਹਨੂੰ ਕਮੇਟੀ 'ਚ ਪਾਵਾਂਗੇ। 2 ਪ੍ਰੋਗਰਾਮ ਦਿੱਤੇ ਆ, 5 ਤਰੀਕ ਨੂੰ ਜਿਵੇਂ ਐਤਕੀ ਇਤਿਹਾਸਕ ਬੰਦ 25 ਦਾ ਹੋਇਆ ਸੀ, ਪਹਿਲਾਂ ਇਹ ਅਸਾਲਟਾਂ ਨਾਲ ਵੀ ਨਹੀਂ ਸੀ ਹੋਇਆ। ਇੱਦਾਂ ਮੁੰਡਿਓ ਸੁਣ ਲਿਓ, ਇਹ ਲੋਕਾਂ ਤੋਂ ਬਿਨਾਂ ਨਹੀਂ ਸਰਦਾ ਹੁੰਦਾ। ਹੁਣ ਤਾਂ 25 ਦਾ ਬੰਦ ਵੀ ਆਪਾਂ ਕੀਤਾ ਕਿ ਲੋਕਾਂ ਨੇ, ਦੱਸੋ ਵੀ ਲੋਕਾਂ ਕਿਹਨੇ ਬੰਦ ਕੀਤਾ? ਲੋਕਾਂ ਨੇ ਸਮਝ ਲਈ ਲੜਾਈ, ਏਕਤਾ ਦਾ ਸਬੂਤ ਦਿੱਤਾ, ਇਤਿਹਾਸਕ ਬੰਦ ਹੋਇਆ 25 ਤਰੀਕ ਦਾ, ਇਤਿਹਾਸਕ ਬੰਦ ਹੋਇਆ ਪੰਜਾਬ ਦਾ। ਤੇ ਹੁਣ ਵਾਲੀ ਦਵਾਈ ਦੇ ਵਿੱਚ 5 ਨਵੰਬਰ ਆ ਰਿਹਾ, 22 ਸੂਬਿਆਂ ਨੇ ਫੈਸਲਾ ਕੀਤਾ ਪੰਜਾਬ ਦੀਆਂ ਸੜਕਾਂ 12 ਵਜੇ ਤੋਂ ਲਾ ਕੇ 4 ਵਜੇ ਤੱਕ ਮੋਦੀ ਨੂੰ ਦਵਾਈ ਦੇਣ ਵਾਸਤੇ ਭਾਰਤ ਬੰਦ ਹੋਊਗਾ। ਸਹਿਮਤੋਂ ਧੰਨਵਾਦ। ਉਦੋਂ ਅਗਲੀ ਲੜਾਈ 26 ਤੇ 27 ਤਰੀਕ ਨੂੰ ਦਿੱਲੀ ਜਾਣ ਦਾ ਫੈਸਲਾ ਹੋਇਆ 22 ਸੂਬਿਆਂ ਦੀਆਂ ਜਥੇਬੰਦੀਆਂ ਦਾ। ਜੇ ਕੋਈ ਰਹਿ ਗਿਆ ਸੂਬਾ ਉਹਨਾਂ ਨੂੰ ਨਾਲ ਲਵਾਂਗੇ। ਉਹ ਆ 26 ਤੇ 27 ਤਰੀਕ ਨੂੰ ਦਿੱਲੀ ਚੱਲੋ, ਦਿੱਲੀ ਜਾ ਕੇ ਕੀ ਕਰਨਾ ਉਹ ਸਾਨੂੰ ਉਹ ਕਮੇਟੀ ਦੱਸੂ ਮੌਕੇ ਤੇ। ਤੁਸੀਂ ਤਿਆਰੀ ਕਰਨੀ ਹੈ 26 ਤੇ 27 ਨੂੰ ਦਿੱਲੀ ਜਾਣ ਦੀ, ਕਿਉਂਕਿ ਮਸਲਾ ਪੰਜਾਬ 'ਚ ਬਹਿ ਕੇ ਹੱਲ ਨਹੀਂ ਹੋਣਾ ਹੈ। ਇਹ ਸ਼ੰਭੂ ਬਾਰਡਰ ਤੱਕ ਨਹੀਂ ਹੈ, ਇਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਮਸਲਾ, ਇਕੱਲੇ ਪੰਜਾਬੀਆਂ ਦਾ ਮਸਲਾ ਨਹੀਂ ਹੈ ਇਹ। ਆ ਤੁਹਾਡੇ ਪੰਜਾਬ ਦੇ ਦਬਕੇ ਨੇ ਵਧਾਈਆਂ ਦਿੱਤੀਆਂ ਕਿ ਭਾਰਤ ਦੇ 350 ਜਥੇਬੰਦੀਆਂ ਨੇ ਕਹਿੰਦੇ ਪੰਜਾਬੀਆਂ ਨੂੰ ਸਾਡੇ ਵੱਲੋਂ ਫਤਿਹ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵਧਾਈ ਦੇ ਹੱਕਦਾਰ ਹੋ, ਤੁਸੀਂ ਲੜਨਾ ਦੱਸਿਆ ਭਾਰਤ ਨੂੰ। ਅੱਜ ਹੀ ਸੌਣ ਆਇਆ ਗੰਗਾ ਨਗਰ 'ਚ ਬਈ, ਨਰਮੇ ਦੀ ਖਰੀਦ ਆ ਜਿਹੜੀ 5700 ਨੂੰ ਹੋਣ ਲੱਗ ਗਈ ਪੰਜਾਬੀਓ, ਪੂਰੇ MSP ਤੇ ਪਹਿਲਾਂ ਨਹੀਂ ਸੀ ਹੁੰਦੀ ਕਿਤੇ ਵੀ ਬਾਜਰੇ ਦੀ ਖਰੀਦ। ਹਰਿਆਣੇ ਦਾ ਜਿਹੜੀ ਪਰਲੀ ਸਾਈਡ ਆ, ਬਾਜਰਾ ਮੁੱਖ ਖੇਤੀ ਆ, MSP ਨਾਲ ਖਰੀਦ ਹੋਣ ਲੱਗ ਗਈ। ਦੱਸ ਦੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ, ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇੰਨਾ ਹੀ ਨਹੀਂ, ਦੇਸ਼ ਭਰ 'ਚ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਲੋਕ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਡਟੇ ਹੋਏ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।